ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਇਹ ਚੈਨਲ ਤਾਂ ਬਣਾਇਆ ਕਿ ਇਹਦੇ ਤੇ ਆਪਾਂ ਕੱਲੀ ਕੱਲੀ ਗੱਡੀ ਬਾਰੇ ਡਿਟੇਲ ਦਵਾਂ ਕਰਾਂਗੇ। ਜਿਹੜੀ ਆਪਾਂ ਇੰਸਟਾਗ੍ਰਾਮ ਤੇ ਗੱਡੀ ਪਾਈ ਉਹ ਹਰ ਗੱਡੀ ਦਾ ਆਪਾਂ ਕੱਲੀ ਕੱਲੀ ਡਿਟੇਲ ਦਵਾਂ ਕਰਾਂਗੇ, ਕਿਉਂਕਿ ਕਈ ਵਾਰ ਕੀ ਹੁੰਦਾ ਸੀ ਲੋਕ ਦੂਰੋਂ ਆਉਂਦੇ ਸੀ, ਆਉਣ ਤੋਂ ਡਰਦੇ ਸੀ, ਪਤਾ ਨਹੀਂ ਕਿੱਦਾਂ ਦੀ ਨਿਕਲੂਗੀ, ਜਾ ਕੇ ਕੀ ਨਿਕਲੂਗੀ। ਇਸ ਕਰਕੇ ਆਪਾਂ ਬਲੌਗ ਬਣਾਉਣੇ ਸਟਾਰਟ ਕੀਤੇ ਅੱਜ ਤੋਂ, ਤੇ ਅੱਜ ਆਪਣਾ ਪਹਿਲਾ ਬਲੌਗ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਆਪਦੇ ਭਰਾ ਦਾ ਸਾਥ ਦਿਓਗੇ ਵੱਧ ਤੋਂ ਵੱਧ, ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ 1-2-4 ਮਿੰਟ ਦੀ ਆਪਾਂ ਵੀਡੀਓ ਬਣਾਉਣੀ ਕਰਨੀ, ਕੋਈ ਜ਼ਿਆਦਾ ਨਹੀਂ ਬਣਾਉਣੀ, ਕਹਿੰਦੇ ਪਹਿਲੇ ਤੋਂ ਲੈ ਕੇ ਐਂਡ ਤੱਕ ਸਾਰੀ ਦੇਖਿਆ ਕਰੋ। ਤੇ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਗੱਡੀ ਬਾਰੇ, ਦੱਸਦੇ ਆ ਇਹ ਆ 2008 ਮਾਡਲ ਸਵਿਫਟ। ਇਹ ਆਪਾਂ ਸਪਲੈਂਡਰ ਮੋਟਰਸ ਨਾਲ ਸਸਤੀ ਦੇਣੀ, ਰੇਟ ਆਪਾਂ ਦੱਸਾਂਗੇ ਐਂਡ ਤੇ ਜਾਂ ਵਿਚਕਾਰ। ਤੁਸੀਂ A to Z ਤੱਕ ਸਾਰੀ ਵੀਡੀਓ ਦੇਖਿਓ, ਆ ਜਾਓ ਆਪਾਂ ਤੁਹਾਨੂੰ ਗੱਡੀ ਬਾਰੇ ਦਿਖਾਉਣੇ ਆ। ਗੱਡੀ ਵੇਖੋ, ਗੱਡੀ ਦੀ ਲੁੱਕ ਵੇਖੋ, ਕਿੱਡੀ ਸੋਹਣੀ ਗੱਡੀ, ਅਲਾਏ ਲੱਗੇ ਹੋਏ ਆ, ਗੱਡੀ ਬਹੁਤ ਸੋਹਣੀ ਹੈ। ਨੰਬਰ ਵੀ ਗੱਡੀ ਦਾ ਬਹੁਤ ਸੋਹਣਾ, PB10CE207। ਗੱਡੀ ਪਹਿਲਾਂ ਸਾਰੀ ਵੇਖੋ, ਸਾਰੇ ਸ਼ੀਸ਼ੇ ਸਭ ਕੁਝ ਨਾਲ ਦੇ ਆ, ਗੱਡੀ ਬਹੁਤ ਸੋਹਣੀ ਹੈ। ਤੁਹਾਨੂੰ ਪਹਿਲਾਂ ਗੱਡੀ ਸਾਰੀ ਦਿਖਾ ਦਾ ਮੈਂ, ਗੱਡੀ ਰੂਹ ਖੁਸ਼ ਕਰ ਦੂਗੀ ਇੱਕਰਾ ਬੰਦੇ ਨੂੰ। ਪਰ ਇੰਨੀ ਗੱਲ ਹੈਗੀ, ਆਪਾਂ ਦਵਾਂਗੇ ਸਪਲੈਂਡਰ ਮੋਟਰਸਾਈਕਲ ਨਾਲੋਂ ਵੀ ਸਸਤੀ, ਕਿਉਂਕਿ ਜਦੋਂ ਆਪਾਂ ਸਪਲੈਂਡਰ ਮੋਟਰਸਾਈਕਲ ਮੈਂ ਸੁਣਿਆ ਲੈਣ ਜਾਂਦੀ 1,32,000-33,000 ਚ ਪੈਂਦਾ ਕਿਸ਼ਤਾਂ ਦੇ, ਤੇ ਫਿਰ ਵੀ ਇਹ ਤਾਂ ਗੱਡੀ ਏ। ਗੱਡੀ ਦੇਖੋ ਬਹੁਤ ਸੋਹਣੀ, ਬਹੁਤ ਸੋਹਣੀ ਕਾਰ ਏ। ਉਹ ਲਾਏ ਦੇਖੋ, ਲਾਏ ਵੀ ਬਹੁਤ ਸੋਹਣੇ ਲੱਗੇ ਆ। ਟਾਇਰ ਵੀ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 80 ਪੈਸੇ ਹੋਣੇ ਆ, ਟਾਇਰ ਵੀ 80 ਪੈਸੇ ਹੋਣੇ ਆ। ਗੱਡੀ ਬਹੁਤ ਸੋਹਣੀ ਏ, ਬਹੁਤ ਸੋਹਣੀ ਗੱਡੀ ਏ। ਅੰਦਰੋਂ ਵੇਖੋ, ਚੈੱਕ ਕਰੋ, ਤੇ 97,000 ਚੱਲੀ ਦੂਜੇ ਨਾਂ ਦੀ ਏ। ਇੰਟੀਰੀਅਰ ਦੀ ਵੇਖੋ, ਬਹੁਤ ਸੋਹਣੀ, 4 ਵਿੰਡੋ ਦੀਆਂ ਪਾਵਰ ਏ, VDI ਮਾਡਲ ਏ, ਸੀਟ ਕਵਰ ਬਹੁਤ ਨਵੇਂ ਆ। ਗੱਡੀ ਦੇਖੋ ਇੱਕ ਵਾਰ, ਇੱਕ ਇਹਦੇ ਚ ਗੱਲ ਆਪਾਂ ਹੋਰ ਐਡ ਕਰ ਦਈਏ ਕਿ ਇਹ ਗੱਡੀ ਆਪਾਂ ਦੇਣੀ ਏ ਸਿਰਫ ਤੇ ਸਿਰਫ, ਸਿਰਫ ਤੇ ਸਿਰਫ 1,25,000 ਰੁਪਏ ਦੀ। ਰੱਖੜੀ ਦਾ ਤਿਉਹਾਰ ਏ, ਜਿਹੜੇ ਵੀਰ ਨੇ ਚੱਕਣੀ ਚੱਕੋ ਮੋਬਾਈਲ, ਤੇ ਬੁਕਿੰਗ ਕਰਾਉਣੀ ਬੁਕਿੰਗ ਕਰਾ ਲਓ, ਉਦਾਂ ਲੈਣੀ ਉਦਾਂ ਲੈ ਲਓ। 1,25,000 ਰੁਪਏ, ਸਿਰਫ 1,25,000 ਦੀ ਦਵਾਂਗੇ। ਗੱਡੀ ਬਹੁਤ ਸੋਹਣੀ ਹੈ। ਇਹਦੇ ਚ ਇੱਕ ਹੋਰ ਗੱਲ ਆਪਾਂ ਦੱਸ ਦਈਏ ਕਿ ਇਹਦਾ ਇੰਸ਼ੋਰੈਂਸ ਨਹੀਂ ਹੈਗਾ, ਤੇ ਪੋਲਿਊਸ਼ਨ ਵੀ ਨਹੀਂ ਹੈਗਾ, ਤੇ ਪਾਸਿੰਗ ਇਹਦੀ ਨਹੀਂ ਹੈਗੀ, ਕਿਉਂਕਿ ਪਾਸਿੰਗ ਦੀ ਨਹੀਂ। ਜੇ ਪਾਸਿੰਗ ਕਰਾਵਾਂਗੇ 10-15,000 ਰੁਪਇਆ ਆਪਣਾ ਜਿੰਨਾ ਵੀ ਲੱਗੂਗਾ ਉਹ ਲੱਗੂਗਾ, ਤੇ ਪਾਸਿੰਗ ਇਹਦੀ ਕੋਈ ਨਹੀਂ ਹੈਗੀ। ਤੇ ਗੱਡੀ ਪੂਰੀ ਬਿਲਕੁਲ ਨਵੀਂ ਹੈ, ਕੋਈ ਪੀਸ ਨਹੀਂ ਚੇਂਜ, ਕੋਈ ਕੁਝ ਨਹੀਂ, ਬਿਲਕੁਲ ਕੋਕਾ ਪੀਸ ਆ। ਏਦੋ ਸਸਤੀ ਆਪਾਂ ਨੂੰ ਗੱਡੀ ਕਿਤੋਂ ਨਹੀਂ ਮਿਲਣੀ, ਸਾਰੇ ਪੀਸ ਸਭ ਕੁਝ ਨਾਲ ਦਾ। ਆਹ ਦੇਖੋ ਸਾਰੇ ਪੀਸ, ਹਰ ਸਭ ਕੁਝ ਨਾਲ ਦਾ। ਦੇਖੋ ਮੈਂ ਨਾ ਬਿਲਕੁਲ ਬੜੀ ਨਵੀਂ, ਇੰਸ਼ੋਰੈਂਸ ਪੋਲਿਊਸ਼ਨ ਨਹੀਂ ਹੈਗਾ, ਤੇ ਪਾਸਿੰਗ ਦੀ ਨਹੀਂ ਹੈਗੀ, ਦੂਜੇ ਨਾਂ ਦੀ ਏ, ਦੂਜੇ ਨਾਂ ਦੀ ਆਨਲਾਈਨ ਕਾਪੀ ਏ, ਸਰਕਾਰੀ ਪਲੇਟਾਂ ਲੱਗੀਆਂ ਹੋਈਆਂ, ਆਨਲਾਈਨ ਕਾਪੀ ਸਰਕਾਰੀ ਪਲੇਟਾਂ ਲੱਗੀਆਂ। ਜਿਹੜੇ ਵੀਰ ਨੇ ਖਰੀਦਣੀ ਹੋਵੇ 98552-0380 ਤੇ ਕਾਲ ਕਰੋ, ਜਾਂ ਫਿਰ ਆਪਣੇ ਸਟਾਰ ਕਾਰ ਪੁਆਇੰਟ ਇੰਸਟਾਗ੍ਰਾਮ ਪੇਜ ਨੂੰ ਫੋਲੋ ਲਾਈਕ ਕਮੈਂਟ ਕਰੋ, ਤੇ ਆਪਣੇ ਯੂਟਿਊਬ ਚੇਂਜ ਪੇਜ ਨੂੰ ਵੀ ਫੋਲੋ ਲਾਈਕ ਕਮੈਂਟ ਜ਼ਰੂਰ ਕਰੋ। ਤੇ ਬਾਕੀ ਅੱਗਾਂ ਤੋਂ ਵੀ ਜਿਹੜੀ ਆਪਾਂ ਗੱਡੀ ਪਾਵਾਂ ਕਰਾਂਗੇ ਇੱਥੇ ਨਾਲ ਬਲੌਗ ਜ਼ਰੂਰ ਬਣਾਵਾਂ ਕਰਾਂਗੇ, ਕਿਉਂਕਿ ਕਈ ਦੂਰੋਂ ਵੀਰ ਆਉਂਦੇ ਸੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ। ਫਿਰ ਇਹਦੇ ਕੰਮ ਖਰਚਾ ਕੋਈ ਵੀ ਨਹੀਂ ਹੈਗਾ, ਗੱਡੀ ਤੇ ਕੰਮ ਖਰਚਾ ਕੋਈ ਨਹੀਂ। 8 ਮਾਡਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਨਵੀਂ ਕਾਰ ਏ। ਗੱਡੀ ਦਾ ਖੜਾਵਾ ਵੇਖੋ, ਨੰਬਰ ਵੇਖੋ, ਆਨਲਾਈਨ ਹੈਗੀ ਏ। ਤੇ ਜਿਹੜੇ ਵੀਰ ਨੇ ਲੈਣੀ ਹੋਵੇ 98552-0380 ਤੇ ਕੰਟੈਕਟ ਕਰੋ, ਤੇ ਗੱਡੀ ਬੁੱਕ ਕਰੋ। ਤੇ ਗੱਡੀ ਬਹੁਤ ਸੋਹਣੀ, VDI ਮਾਡਲ ਏ, ਤੇ 97,000 ਕਿਲੋਮੀਟਰ ਚੱਲੀ। ਆਹ ਦੇਖੋ
ਜੀ ਤੁਹਾਨੂੰ ਕਿਵੇਂ ਦਾ ਸਾਡਾ ਬਲੌਗ ਲੱਗਿਆ, ਆਪਾਂ ਛੋਟਾ ਜਿਹਾ ਬਣਾਇਆ ਕਰਾਂਗੇ 4-5 ਮਿੰਟਾਂ ਦਾ, ਅਤੇ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਇਹਨੂੰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸਾਡਾ ਸਾਥ ਦੇਣਾ, ਵੱਧ ਤੋਂ ਵੱਧ 11 ਬੇਲੀਆਂ ਕੋਲ ਵੀ ਭੇਜੋ ਅਤੇ ਆਪਦੇ ਵੀਰ ਦਾ ਸਾਥ ਦਿਓ, ਅਤੇ ਗੱਡੀਆਂ ਆਪਣੇ ਕੋਲ ਵਾਧੂ ਖੜੀਆਂ ਬਾਬੇ ਨਾਨਕ ਦੀ ਕਿਰਪਾ ਨਾਲ, ਬਸ ਬਾਕੀ ਤੁਸੀਂ ਧੰਨ ਧੰਨ ਕਰਵਾਉਣੀ, ਤੁਸੀਂ ਕਿਵੇਂ ਕਰਵਾਉਣੀ ਤੁਸੀਂ ਦੇਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।